ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਾਰਾ ਨਿੱਘਾ ਸਵਾਗਤ ਕਰਦੀ ਹਾਂ। ਨਵਰਾਤਰਿਆਂ ਦੇ ਵਿੱਚ ਅਸੀਂ ਮਾਂ ਦੁਰਗਾ ਦੇ 9 ਰੂਪਾਂ ਦੀ 9 ਦਿਨ ਤੱਕ ਲਗਾਤਾਰ ਪੂਜਾ ਕਰਦੇ ਹਾਂ। ਬਹੁਤ ਸਾਰੇ ਸ਼ਰਧਾਲੂ ਵਰਤ ਵੀ ਰੱਖਦੇ ਨੇ ਔਰ ਇਹ ਸਾਰੇ ਦੇ ਸਾਰੇ 9 ਦਿਨ ਮਾਂ ਦੁਰਗਾ ਦੇ ਵੱਖ ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਅਸੀਂ ਪਹਿਲੇ ਦਿਨ ਸਨਾਤਨ ਧਰਮ ਮੰਦਿਰ ਚੰਡੀਗੜ੍ਹ ਦੇ ਵਿੱਚ ਪਹੁੰਚੇ ਹਾਂ ਅਤੇ ਇੱਥੋਂ ਦੇ ਸ਼ਰਧਾਲੂਆਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ। ਨਾਲ ਹੀ ਤੁਹਾਨੂੰ ਦੱਸ ਦੇ ਕਿ ਪਹਿਲੇ ਦਿਨ ਮਾਂ ਦੁਰਗਾ ਦੇ ਮਾਂ ਸ਼ੈਲਪੁੱਤਰੀ ਦੇ ਰੂਪ ਨੂੰ ਧਿਆਇਆ ਜਾਂਦਾ ਹੈ ਔਰ ਇਸ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਸ਼ੈਲਪੁੱਤਰੀ ਦੀ ਕੀ ਕਹਾਣੀ ਹੈ, ਕਿਉਂ ਮਾਂ ਸ਼ੈਲਪੁੱਤਰੀ ਨੂੰ ਸ਼ੈਲਪੁੱਤਰੀ ਕਿਹਾ ਜਾਂਦਾ ਹੈ ਔਰ ਕਿਉਂ ਪਹਿਲੇ ਦਿਨ ਨਰਾਤੇ ਦੇ ਮਾਂ ਸ਼ੈਲਪੁੱਤਰੀ ਨੂੰ ਧਿਆਇਆ ਜਾਂਦਾ ਹੈ, ਇਸ ਦੀ ਪੂਰੀ ਕਹਾਣੀ ਵੀ ਤੁਹਾਨੂੰ ਦੱਸਾਂਗੇ ਅਤੇ ਇੱਥੇ ਆਏ ਸ਼ਰਧਾਲੂਆਂ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਾਉਂਦੇ ਹਾਂ। ਆ ਜਾਓ। ਸਨਾਤਨ ਧਰਮ ਮੰਦਿਰ ਦੇ ਪੰਡਿਤ ਜੀ ਇਸ ਵਕਤ ਸਾਡੇ ਨਾਲ ਇੱਥੇ ਮੌਜੂਦ ਨੇ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਮਾਂ ਸ਼ੈਲਪੁੱਤਰੀ ਦਾ ਜਿਹੜਾ ਪਹਿਲਾ ਨਰਾਤਾ ਹੈ ਉਹ ਕਿਉਂ ਮਨਾਇਆ ਜਾਂਦਾ, ਇਹ ਕਹਾਣੀ ਤੁਹਾਡੇ ਤੱਕ ਪਹੁੰਚਾਵਾਂਗੇ। ਸੋ ਇਹ ਕਹਾਣੀ ਪੰਡਿਤ ਜੀ ਸਾਨੂੰ ਦੱਸਣਗੇ। ਪੰਡਿਤ ਜੀ, ਕੀ ਮਹੱਤਤਾ ਹੈ ਪਹਿਲੇ ਨਰਾਤੇ ਦੀ? ਬੋਲ ਸਾਚੇ ਦਰਬਾਰ ਕੀ ਜੈ। ਆਜ ਜੋ ਹੈ ਨਵ ਵਰਸ ਪ੍ਰਾਰੰਭ ਹੈ, ਜੋ ਸਨਾਤਨ ਧਰਮ ਕੀ ਪੱਧਤੀ ਸੇ 1976 ਅਪਰਾਧੀ ਵੀ ਜੋ ਹੈ ਸੰਵਤਸਰ ਪ੍ਰਾਰੰਭ ਹੁਆ, ਜੋ ਕਿ ਹਿੰਦੂ ਜੋ ਹੈ ਧਰਮ ਕੇ ਅਨੁਸਾਰ ਜੋ ਹੈ ਮਨਾਇਆ ਜਾਤਾ ਹੈ। ਚੈਤਰ ਆਜ ਕੇ ਦਿਨ ਜੋ ਹੈ ਬ੍ਰਹਮਾ ਜੀ ਨੇ ਸ੍ਰਿਸ਼ਟੀ ਕੀ ਜੋ ਹੈ ਰਚਨਾ ਕਰੀ ਥੀ ਔਰ ਆਜ ਸੇ ਹੀ ਜੋ ਹੈ ਸ੍ਰਿਸ਼ਟੀ ਕੀ ਜੋ ਹੈ ਉਤਪੱਤੀ ਕਾ ਦਿਨ ਜੋ ਹੈ ਮਾਨਾ ਜਾਤਾ ਹੈ। ਆਜ ਜੋ ਹੈ ਮਾਂ ਭਗਵਤੀ ਜੋ ਹੈ ਸਭੀ ਕੀ ਮਨੋਕਾਮਨਾਓਂ ਕੋ ਪੂਰਾ ਕਰਨੇ ਕੇ ਲੀਏ ਜੋ ਹੈ ਪ੍ਰਥਮਮ ਸ਼ੈਲਪੁੱਤਰੀ ਚ ਦੁਤੀਯਮ ਬ੍ਰਹਮਚਾਰਿਣੀ ਤ੍ਰਿਤੀਯਮ ਚੰਦ੍ਰ ਘੰਟੇਤੀ ਕੁਸ਼ਮਾਂਡੇਤਿਕਮ ਚਤੁਰਥਕਮ ਪੰਚਮਮ ਸਕੰਦਮ ਆਤੇਤੀ ਸ਼ਸ਼ਟਮ ਕਾਇਤਾਇਨੀ ਚ ਸਪਤਮਮ ਕਾਲ ਰਾਤ੍ਰੀ ਚ ਮਹਾਗੌਰੀ ਚਾਸ਼ਟਮਮ। ਤੋ ਮਾਂ ਭਗਵਤੀ ਸ਼ੈਲਪੁੱਤਰੀ ਜੋ ਹੈ ਸਭੀ ਕੀ ਮਨੋਕਾਮਨਾਓਂ ਕੋ ਪੂਰਾ ਕਰਨੇ ਵਾਲੀ, ਰਿੱਧੀ ਸਿੱਧੀ ਕੋ ਦੇਣੇ ਵਾਲੀ, ਧਨ ਧਾਨਯ ਕੋ ਬਢਾਣੇ ਵਾਲੀ, ਵਿੱਦਿਆ ਬੁੱਧੀ ਕੋ ਜੋ ਹੈ ਦੇਣੇ ਵਾਲੀ ਹੈ ਔਰ ਸਭੀ ਪ੍ਰਕਾਰ ਕੇ ਜੋ ਹੈ ਕਸ਼ਟੋਂ ਕੋ ਦੂਰ ਕਰਨੇ ਵਾਲੀ ਹੈ। ਮਹਾਮਾਈ ਸੇ ਜੋ ਹੈ ਹਮ ਜਿਸ ਪ੍ਰਕਾਰ ਸੇ ਜੋ ਹੈ ਮਨ ਸੇ ਜੋ ਮੰਗਤੇ ਹੈ ਉਹ ਹਮਾਰੀ ਜੋ ਹੈ ਮੁਰਾਦ ਪੂਰੀ ਹੋਤੀ ਹੈ ਔਰ ਜੋ ਹੈ ਇਸੀ ਲਈ ਜੋ ਹੈ ਹਮ ਮਾਂ ਭਗਵਤੀ ਕੋ ਜੋ ਹੈ ਪੂਜਤੇ ਹੈ। ਜੈ ਮਾਤਾ ਦੀ। ਨਵਰਾਤਰੀ ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ ਤੁਸੀਂ? ਹਮਨੇ ਅਖੰਡ ਜੋਤ ਜਲਾਈ ਹੋਈ ਹੈ, ਕਲਸ਼ ਹੈ, ਕਲਸ਼ ਕੀ ਸਥਾਪਨਾ ਕਰੀ ਹੋਈ ਹੈ, ਮਤਲਬ ਪੂਰੀ ਢੰਗ ਸੇ ਅੱਛੇ ਤਰ੍ਹਾਂ ਸੇ ਮਾਤਾ ਕੋ ਸਜਾਇਆ ਹਮਨੇ, ਫੂਲੋਂ ਕਾ ਹਾਰ ਚੜਾਇਆ, ਬਹੁਤ ਅੱਛੇ ਤਰੀਕੇ ਸੇ ਕਰਾਇਆ ਹਮਨੇ। ਹਮ ਅਸ਼ਟਮੀ ਕੀ ਫਿਰ ਪੂਜਾ ਕਰਤੇ ਹੈ, ਕੰਜਕੇ ਬਿਠਾਤੇ ਹੈ। ਫਸਟ ਡੇ ਜਦੋਂ ਨਰਾਤੇ ਦਾ ਪਹਿਲਾ ਦਿਨ ਹੁੰਦਾ, ਖੇਤਰੀ ਵੀ ਬੀਜੀ ਜਾਂਦੀ ਹੈ, ਤੁਸੀਂ ਖੇਤਰੀ ਬੀਜਲੀ ਬੀਜਤੇ ਹੈ ਬਟ ਹਮਾਰੇ ਮੇਂ ਨਹੀਂ ਕਰਤੇ ਹੈਂ। ਹਿਮਾਚਲ ਸੇ ਬਿਲੋਂਗ ਕਰਤੇ ਹੈਂ ਤੋ ਵਹਾਂ ਪੇ ਕਈ ਲੋਗ ਨਹੀਂ ਕਰਤੇ ਹੈਂ ਤੋ ਹਮ ਆਪਣੇ ਰਿਵਾਜ ਸੇ ਕਰ ਰਹੇ ਹੈਂ ਤੋ ਹਮ ਉਸਮੇਂ ਪਹਿਲੇ ਫੂਲੋਂ ਕਾ ਹਾਰ ਬਣਾਏਂਗੇ, ਫਿਰ ਮੰਦਿਰ ਕੋ ਤਿਆਰ ਕਰੇਂਗੇ, ਤੋ ਫਿਰ ਹਮ ਉਸਕੇ ਬਾਅਦ ਅਖੰਡ ਜੋਤ ਜਲਾਏਂਗੇ ਜੋ 8 ਦਿਨ ਤੱਕ ਜਲਤੀ ਰਹੇਗੀ। ਜਬ ਆਪ ਉਸਕਾ ਵਿਸਰਜਨ ਕਰੇਂਗੇ, ਜਬ ਕੰਜਕੋ ਕੋ ਪੂਜੇਂਗੇ ਤੋ ਉਸਕੇ ਬਾਅਦ ਵੋ ਕਲੋਜ਼ ਕਰ ਦੇਂਗੇ। ਸਰ, ਨਰਾਤੇ ਕਿੱਦਾਂ ਮਨਾ ਰਹੇ ਹੋ ਤੁਸੀਂ ਅਤੇ ਨਰਾਤਿਆਂ ਦੀ ਕੀ ਮਹੱਤਤਾ ਹੈ, ਤੁਸੀਂ ਪਲੀਜ਼ ਸਾਨੂੰ ਥੋੜ੍ਹਾ ਜਿਹਾ ਦੱਸੋ। ਦੇਖੀਏ, ਸਾਇੰਟੀਫਿਕਲੀ ਮੈਂ ਇਹ ਬਤਾਤਾ ਹੂੰ ਕਿ ਨਵਰਾਤਰੋਂ ਕਾ ਮਿਲਨ ਨਈ ਰਾਤੇ, ਮਤਲਬ ਨਿਆ ਮੌਸਮ ਸ਼ੁਰੂ ਹੋਤਾ ਹੈ। ਨਿਆ ਮੌਸਮ ਸ਼ੁਰੂ ਹੋਣੇ ਸੇ ਖਾਂਸੀ, ਬਲਗਮ, ਜ਼ੁਕਾਮ ਵਗੈਰਾ ਇਹ ਚੀਜ਼ਾਂ ਆਮ ਹੋਤੇ ਹੈ। ਇਸ ਲਈ ਨਵਰਾਤਰੋਂ ਮੇਂ ਲੋਕ ਕਿਆ ਕਰਤੇ ਹੈ, ਰਜਿਸਟੈਂਸ ਬੜਾਣੇ ਕੇ ਲੀਏ ਵਰਤ ਵਗੈਰਾ ਇਹ ਮਨਾ ਰੱਖਦੇ ਹੈ, ਜਾਂ ਤਾਂ ਕਿ ਰਜਿਸਟੈਂਸ ਵਰੇ ਔਰ ਚੀਜ਼ਾਂ। ਦੂਸਰਾ ਇਹ ਕਿ ਇਹ ਨਿਆ ਸਾਲ ਜਹਾਂ ਸੇ ਸ਼ੁਰੂ ਹੋਤਾ ਹੈ, 2076 ਸਨ ਜੇ ਬਿਕਰਮ ਜੇ ਸ਼ੁਰੂ ਹੈ ਇੱਕ। ਦੂਸਰਾ ਜੇ ਮਾਤਾ ਰਾਣੀ ਜਿਸ ਇਨਕੇ ਤੋ ਸਭ ਕੋਈ ਬੋਲਤਾ ਸੁਖ ਸੰਪਤੀ ਆਏ,
ਅਤੇ ਇਸ ਲਈ ਇਹ ਮਨਾਤੇ ਹਾਂ ਤਾਂ ਕਿ ਜੇ ਨਿਆ ਸਾਲ ਅੱਛਾ ਗੁਜ਼ਰੇ, ਦੇਸ਼ ਪਰ ਵੀ ਅੱਛਾ ਗੁਜ਼ਰੇ, ਲੋਕਾਂ ਕੇ ਵੀ ਅੱਛਾ। ਬਾਕੀ ਰਿਲੀਜੀਅਸ ਬੇਸਿਸ ਕੇ ਮੁਤਾਬਕ ਤੋਂ ਆਪ ਸਭੀ ਜਾਣਤੇ ਹੈ ਕਿ ਮਾਂ ਦੁਰਗਾ ਕੇ ਨੌ ਰੂਪ ਹੈ, ਤੋ ਉਹਨੇ ਨੌ ਰੂਪੋਂ ਕੀ ਰੋਜ਼ ਪੂਜਾ ਕੀ ਜਾਤੀ ਹੈ। ਇਤਨਾ ਤੁਹਾਨੂੰ ਪਤਾ ਕਿ ਪਹਿਲਾ ਨਰਾਤਾ ਕਿਹੜੀ ਮਾਂ ਦੀ ਕਿਹੜੇ ਰੂਪ ਦੀ ਪੂਜਾ ਕੀਤੀ ਜਾਂਦੀ? ਐਲ ਪੁੱਤਰੀ ਕਹਿਲਾਵੇ। ਹਾਂ, ਇਤਨਾ ਮੁਝੇ ਮਾਲਾ ਨਾ ਵੋ ਦੇਤੀ ਹੈ ਸੁੱਖ ਸੰਪਤੀ, ਜਿਸ ਚੀਜ਼ਾਂ ਦੇਤੀ ਹੈ। ਤੁਸੀਂ ਨਰਾਤੇ ਕਿੱਦਾਂ ਮਨਾਉਂਦੇ ਹੋ ਅਤੇ ਇਸ ਦੇ ਬਾਰੇ ਸਾਨੂੰ ਦੱਸੋ, ਅਸ਼ਟਮੀ ਕਿੱਦਾਂ ਮਨਾਉਂਦੇ ਹੋ, ਇਸ ਸਾਰੇ ਉੱਪਰ ਥੋੜ੍ਹਾ ਜਿਹਾ ਚਾਨਣਾ ਪਾਓ ਸਰ। ਜੇ ਕਹਤੇ ਹੈ ਕਿ ਜਹਾਂ ਵੀ ਹਮ ਮਾਂ ਕੋ ਯਾਦ ਕਰੇ, ਵਹਾਂ ਮਾਂ ਮਾਈ ਵਹਾਂ ਹੀ ਪ੍ਰਗਟ ਹੋ ਜਾਤੀ ਹੈ। ਨਵਰਾਤਰੋਂ ਮੈਂ ਵਿਸ਼ੇਸ਼ ਮਹੱਤਵ ਇਸ ਕਰਕੇ ਹੈ, ਨੌ ਨਵਰਾਤੇ ਕਿਉਂ ਮਨਾਏ ਜਾਤੇ ਹੈ, ਜੇ ਮਾਂ ਦੁਰਗਾ ਕੇ ਨੌ ਅਵਤਾਰ ਹੋਏ ਹੈ, ਉਨਕੇ ਅੰਗ ਜਹਾਂ ਜਹਾਂ ਪੜੇ ਹੈ, ਵਹਾਂ ਵਹਾਂ ਦੇਵੀਓਂ ਕੇ ਨੌ, ਜੈਸੇ ਚਿੰਤਪੁਰਨਿਮਾ, ਮਾਤਾ ਵੈਸ਼ਨੋ, ਜਵਾਲਾ ਜੀ, ਚਾਮੁੰਡਾ, ਐਸੇ ਨੌ ਦੇਵੀਓਂ ਕੇ ਮਹੱਤਵ ਹੈ, ਇਸ ਲਈ ਨੌ ਦਿਨ ਨਵਰਾਤਰੇ ਮਨਾਏ ਜਾਤੇ ਹੈ। ਉੱਚੀਆਂ ਪਹਾੜਾਂ ਦੀਆਂ ਘਾਟੀਆਂ ਕੇ ਪੈਂਡੇ ਤੇਰੇ ਉਖੜੇ ਪੜੇ, ਦਰਸ਼ ਦੀ ਕਣ ਸ਼ੇਰ ਵਾਲੀਏ ਭਗਤ ਤੇਰੇ ਦਰ ਤੇ ਖੜੇ, ਭਗਤ ਤੇਰੇ ਦਰ ਤੇ ਖੜੇ। ਉੱਚੀਆਂ ਪਹਾੜਾਂ ਦੀਆਂ ਘਾਟੀਆਂ, ਉੱਚੀਆਂ ਪਹਾੜਾਂ ਦੀਆਂ ਘਾਟੀਆਂ ਕੇ ਪੈਂਡੇ ਤੇਰੇ ਉਖੜੇ ਪੜੇ, ਦਰਸ਼ ਦੀ ਕਣ ਸ਼ੇਰ ਵਾਲੀਏ ਭਗਤ ਤੇਰੇ ਦਰ ਤੇ ਖੜੇ, ਭਗਤ ਤੇਰੇ ਦਰ ਤੇ ਖੜੇ। ਅੰਬਾ ਮੰਦ ਹਾਸ ਵਧਨੀ ਮਨੋਹਰ ਜਗਤ ਜਨਨੀ, ਮਾਂ ਦੁਰਗਾ ਦੇ ਨੌ ਰੂਪਾਂ ਦੀ ਇਹ ਜਿਹੜੀ ਨੌ ਦਿਨ ਪੂਜਾ ਹੁੰਦੀ ਹੈ, ਇਸ ਦੇ ਉੱਪਰ ਵਰਤ ਰੱਖੇ ਜਾਂਦੇ ਨੇ। ਔਰ ਅੱਜ ਪਹਿਲਾ ਦਿਨ ਸੀਗਾ ਮਾਂ ਸ਼ੈਲ ਪੁੱਤਰੀ ਦਾ। ਕਿਹਾ ਜਾਂਦਾ ਹੈ ਕਿ ਕਿੰਗ ਆਫ ਮਾਊਂਟੇਨਸ ਸ਼ੈਲ, ਉਹਨਾਂ ਦੇ ਘਰ ਜਿਹੜੀ ਪੁੱਤਰੀ ਜਨਮੀ ਸੀ ਉਸਦਾ ਨਾਮ ਸ਼ੈਲ ਪੁੱਤਰੀ ਰੱਖਿਆ ਗਿਆ ਸੀ। ਔਰ ਉਹ ਐਕਚੁਅਲੀ ਮਾਂ ਪਾਰਵਤੀ ਵੀ, ਅਸੀਂ ਮਾਂ ਪਾਰਵਤੀ ਦਾ ਨਾਮ ਹੀ ਮਾਂ ਸ਼ੈਲ ਪੁੱਤਰੀ, ਔਰ ਅਸੀਂ ਮਾਂ ਪਾਰਵਤੀ ਨੂੰ ਧਿਆਉਂਦੇ ਹਾਂ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਨਵਰਾਤਰੇ 2019 ਦੇ ਆਏ ਨੇ, ਇਹ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਣ, ਬਹੁਤ ਸਾਰੀ ਹੈਲਥ ਲੈ ਕੇ ਆਉਣ, ਬਹੁਤ ਸਾਰੀ ਵੈਲਥ ਲੈ ਕੇ ਆਉਣ, ਅਤੇ ਤੁਸੀਂ ਇਸੇ ਤਰ੍ਹਾਂ ਮੁਸਕਰਾਉਂਦੇ ਰਹੋ, ਹੱਸਦੇ ਰਹੋ ਐਂਡ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ।